ਸੱਚ ਲਿਆ ਯਾਰ ਪਹਿਲਾਂ ਤਾਂ ਉਹ ਕਾਲ ਕਰ ਲਈ ਯਾਰ ਅੱਜ ਬੰਦੇ ਐਵੇਂ ਬਹੁਤ ਲਾਂਭੇ ਆਉਂਦੇ ਐਵੇਂ ਤਾਂ ਮੈਂ ਉਹਨੂੰ ਸਵੇਰ ਹੀ ਕਰ ਦਿਆ ਕਰਨੀ ਆ ਕਾਲ ਤਾਂ ਕਿਉਂਕਿ ਬਾਅਦ 'ਚ ਫਿਰ ਸਾਰਾ ਦਿਨ ਟਾਈਮ ਘੱਟ ਲੱਗਦਾ ਗਾ ਲਿਆ ਯਾਰ ਨਹੀਂ ਅੱਜ ਤੱਕ ਹੈ ਵੀ ਸੱਚੀ ਜ਼ਰੂਰੀ ਕੰਮ ਆ ਬਹੁਤ ਹੱਚ ਦਾ ਨੰਬਰ ਆ ਇਹਦੇ ਕੋਲ ਹੱਚ ਹੋਰ ਮੱਚ ਹਾਂ ਛੱਡ ਦੇ ਬਸ ਲੱਗ ਗਿਆ ਨੰਬਰ ਐਡਾ ਦੱਸ ਕੀ ਮੈਂ ਹੈਲੋ ਸਤਿ ਸ਼੍ਰੀ ਅਕਾਲ ਹੋਰ ਕੁਲਦੀਪ ਠੀਕ ਹੋ ਘਰ ਬਾਰ ਬੇਟੇ ਸਾਰਾ ਮਨਾਲੀਆ ਬੋਲਦਾ ਸੀ ਇੱਥੋਂ ਹਾਂ ਹਾਂ ਮਿੰਨੀ ਮਿਕਸ ਇੱਕ ਕੁਲਦੀਪ ਕੁਲਦੀਪ ਹਾਂ ਹਾਂ ਰਾਜੇ ਉਹ ਮੈਂ ਤੈਨੂੰ ਜਿਹੜੇ ਇੱਕ ਸਾਡੇ ਪਿੰਡ ਸਾਈ ਦਵਾਈ ਸੀ ਪ੍ਰੋਗਰਾਮ ਤੇ ਆਪਣੇ ਤੂੰ ਬੁੜੀਆਂ ਦੇ ਕਰਨਾ ਸੀ ਉਹ ਪਾਊਡਰ ਪੂਡਰ ਜਿਹਾ ਥੱਪਦੇ ਹੁੰਦੇ ਨੇ ਜਿਹੜਾ ਮੂੰਹ ਤੇ ਹਾਂ ਧੋਖਾਧੜੀ ਹੋਈ ਹਾਂ ਕੁਲਦੀਪ ਉਹ ਤੁਸੀਂ ਰਾਜੇ ਤਿੰਨ ਤਾਂ ਸੁਰਖੀਆਂ ਚੱਕ ਲੈ ਉਹ ਲਾਲ ਗੂੜੀਆਂ ਹਾਂ ਹਾਂ ਗੂੜੀਆਂ ਜਿਹੜੀਆਂ ਆਪਾਂ ਆਪਦੇ ਘਰ ਤੇ ਨਵੇਂ ਬਣਦੇ ਤੇ ਇੱਕ ਸ਼ੇਰ ਜਾਣੀ ਲਾਉਂਦੇ ਹੁੰਦੇ ਉਹਦੀ ਜੀਭ ਹੁੰਦੀ ਆ ਜਿਹੋ ਜਿਹੀ ਉਹੋ ਜਿਹੀਆਂ ਜਮਾ ਹਾਂ ਲਾਲ ਲਾਲ ਤੇ ਰਾਜੇ ਦੂਜੀਆਂ ਆਪਣਾ ਚੱਕ ਲੈ ਇੱਕ ਤੁਸੀਂ ਪਾਊਡਰ ਲਿਆਉਣਾ ਗਾ ਪਾਈਆ ਨਹੀਂ ਨਹੀਂ ਬ੍ਰਾਂਡਡ ਨੀ ਜਿਹੜਾ ਟਾਇਰਾਂ ਪੈਂਚਰ ਵਾਲਾ ਚਲਾਉਂਦੇ ਹੁੰਦੇ ਨੇ ਉਹੀ ਲਾ ਦਿਓ ਸਾਡੇ ਪਿੰਡ ਤਾਂ ਉਹੀ ਚੱਲ ਜੂਗਾ ਹਾਂ 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 ਤੇ ਕੁਲਦੀਪ ਮੈਂ ਤੁਹਾਨੂੰ 2500 ਰੁਪਇਆ ਪਵਾ ਤਾ ਬਾਕੀ ਇੱਥੇ ਮਾਈਆਂ ਮੂਈਆਂ ਦੇ ਦੇਣਗੇ ਤੇ ਤੁਸੀਂ ਤੁਰੋਗੇ ਕਦੋਂ ਕੁਲਦੀਪ ਕੌਣ ਆ ਉਹ ਕੈਲੀ ਜੈਨਰ ਆ ਯਾਰ ਕੀ ਹੋ ਕੈਲੀ ਰੋਕ ਕੀ ਹੋ ਗਿਆ ਪੁੱਤਰ ਉਹ ਯਾਰ ਉਹਨੂੰ ਸਾਡੇ ਪਿੰਡ ਮੇਕਅਪ ਦਾ ਦਵਾਇਆ ਪ੍ਰੋਗਰਾਮ ਵਿਆਹ ਤੇ ਉਹਨੇ ਆ ਗਏ ਬੁੜੀਆਂ ਨੇ ਮੈਂ ਕਿਹਾ ਵਿਆਹ ਨੂੰ ਤਾਂ ਕਰ ਲਏ ਕਹਿੰਦੀ ਜਾਗੋ ਤੇ ਸਜਣ ਨੂੰ ਮੈਂ ਉਹੀ ਪੁੱਛੀ ਜਾਂਦੀ ਸੀਗੀ ਪਟਾਕੀ ਹੋਣਾ ਉਹ ਕੁਛ ਨੀ ਕੁਲਦੀਪ ਤਾਂ ਇੱਧਰ ਰਾਜੇ ਮੁੰਡੇ ਬੋਲਣ ਲੱਗ ਗਏ ਸੀਗੇ ਇਹ ਯਕੀਨ ਨੀ ਮੰਨਦੇ ਤੈਨੂੰ ਪਤਾ ਹੀ ਤੇ ਬੇਟੇ ਤੁਸੀਂ ਐਂ ਕਰਿਓ ਆਪਣਾ ਹਾਂ ਦਿੱਲੀ ਤੋਂ ਪੈਦਲ ਆਉਣਾ ਪੈਣਾ ਹਾਂ ਉਹ ਪੈਦਲ ਆਉਣਾ ਪੈਣਾ ਉਹ ਤਾਂ ਤੁਹਾਨੂੰ ਪਤਾ ਆਪਣਾ ਰਿਚ ਕਿਡਸ ਦਾ ਪਹਿਲੇ ਦਿਨ ਆਪਣੀ ਸਾਰੀ ਫੈਮਿਲੀ ਆਪਾਂ ਪੈਦਲ ਹੀ ਆਉਂਦੇ ਹਾਂ ਬੇਟੇ ਏਅਰਪੋਰਟ ਤੋਂ ਨਹੀਂ ਵਾਕ ਹੋ ਜਾਂਦੀ ਹੈ ਨਾ ਵਧੀਆ ਵਾਕ ਕੁਲਦੀਪ ਉਹ ਨਹੀਂ ਨਹੀਂ ਰਾਜੇ ਉੱਥੇ ਵਾਕ ਨੀ ਮੈਂ ਅੱਛਾ ਵਾਕ ਕਹਿ ਰਹੀ ਹਾਂ ਮੈਂ ਕਿਤੇ ਕਹਿੰਦੀ ਹਾਂ ਵਾਕ ਕਰਾ ਦਿਓ ਇੱਥੋਂ ਵਾਕ ਤੁਸੀਂ ਬਸ ਉਹੀ ਰੂਟ ਆਪਣਾ ਸਿੱਧਾ ਖੰਨੇ ਉਤਰਨਾ ਖੰਨੇ ਢਾਈ ਵਾਲੀ ਮਿੰਨੀ ਪਿੰਡ ਇੱਕ ਰਾਜੇ ਆਪਦੇ ਨਾਲ ਨੌ ਕੱਟ ਕੇ ਆਈ ਉਹ ਮਤਲਬ ਟਾਵਰ ਦੀ ਰੇਂਜ ਖਿੱਚ ਲੈਂਦੇ ਨੇ ਤੈਨੂੰ ਪਤਾ ਫਿਰ ਅੱਧੇ ਫੋਨ ਤਾਂ ਤੇਰੇ ਨੌਵਾਂ ਚ ਹੀ ਜਾ ਵੜਦੇ ਨੇ ਉਂਗਲਾਂ ਚ ਬਾਕੀ ਠੀਕ ਆ ਸੁਰਖੀਆਂ ਪਾਊਡਰ ਲਿਆਈ ਹੋਰ ਮੈਨੂੰ ਪਤਾ ਨੀ ਬੁੜੀਆਂ ਦਾ ਕੀ ਹੁੰਦਾ ਹੈਗਾ ਬੁਰਸ਼ ਜੇ ਚੱਕ ਲਈ ਬਾਕੀ ਪੇਂਟ ਕਰਨ ਵਾਲੇ ਬੁਰਸ਼ ਤਾਂ ਆਪਣੇ ਘਰੇ ਵੀ ਪਏ ਨੇ ਜੇ ਹੈ ਰੇਗਮਾਲ ਇੱਥੋਂ ਮਿਲ ਜੂਗਾ ਹਾਂ ਹਾਂ ਰੇਗਮਾਲ ਲਾਉਣਾ ਪਊ ਕਿਉਂਕਿ ਆਪਣੇ ਪਿੰਡ ਦੀਆਂ ਬੁੜੀਆਂ ਬੇਟੇ ਰੇਗਮਾਲ ਤੈਨੂੰ ਲਾਉਣਾ ਪੈਣਾ ਦੋ ਨੰਬਰ ਲਾ ਦੀ ਕੋਈ ਚੱਕਰ ਨੀ ਪੇਂਟ ਤੂੰ ਐਂ ਕਰੀ ਜਿਹੜਾ ਟਰਾਲੀਆਂ ਤੇ ਜਿਹੜੀ ਮਸ਼ੀਨਾਂ ਮਾਰਦੇ ਹੁੰਦੇ ਉਹੀ ਲਿਆਈ ਬਸ ਇੱਕ ਵਾਰੀ ਪਾਊਡਰ ਉਹ ਚੀ ਪਾ ਕੇ ਮਾਰਦੀ ਬੁੜੀਆਂ ਪਛਾਣ ਨਾ ਆਉਣ ਆਪਣੀਆਂ ਦੋ ਦਿਨ ਬਸ ਠੀਕ ਆ ਕਹਿ ਲੋ ਓਕੇ ਕੁਲਦੀਪ ਓਕੇ 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 ਨੀ ਪੈਰੀ ਨਾ ਪਿਆ ਕਰ ਜੂ ਯਾਰ ਮੈਂ ਤਾਂ ਇਹਨੂੰ ਪ੍ਰੋਗਰਾਮ ਵਾਲੇ ਦਵਾ ਦੇਣਾ ਤਾਂ ਉਹ ਕੋਈ ਗੱਲ ਨੀ ਕੁਲਦੀਪ ਦਾ ਚੱਲਦਾ ਆਪਣਾ ਫਰਜ਼ ਆ ਬੇਟੇ ਠੀਕ ਹੈ ਠੀਕ ਹੈ ਠੀਕ ਹੈ ਇਹ ਕੁਲਦੀਪ ਇਹਦਾ ਪਿੰਡ ਪਹਿਲਾਂ ਸੀਗਾ ਜਲੂਰ ਇਹ ਤਾਂ ਫਿਰ ਉੱਥੇ ਨੇ ਰਲਦਾ ਮਿਲਦਾ ਨਾਂ ਰੱਖਿਆ ਕੈਲੀ ਜੈਂਡਰ ਨਹੀਂ ਤੁਹਾਡੇ ਨਾਲ ਕਿਵੇਂ ਪੈ ਗਏ ਇੰਦੇ ਮੈਂ ਇਹਨੂੰ ਪ੍ਰੋਗਰਾਮ ਦਵਾਉਂਦਾ ਰਹਿਣਾ ਇੱਕ ਅਸੀਂ ਪੜ੍ਹੇ ਵੀ ਹਾਂ ਅੱਛਾ ਹਾਂ ਕਿੱਥੇ ਵਾਲੇ ਇਹ ਅਮਰੀਕਾ ਮੈਂ ਉਰੇ ਪੜੇ ਦਾ ਹੈਗੀ ਆ ਮੇਰੇ ਪੜੇ ਦਾ ਹੈਗੀ ਆ ਯਾਰ ਤੂੰ ਤਾਂ ਹਰੇਕ ਗੱਲ ਤੇ ਆਰਗੂਮੈਂਟ ਮਾਰਦਾ ਯਾਰ ਜਮਾ ਕਿਵੇਂ ਸੀ ਬਾਈ ਬਰੀਕ ਸੀ ਤੇ ਚੂਰ ਨਾ ਸੀ ਸੀ ਡੀ ਗੱਲ ਜਮਾ ਬਰੀਕ ਬਰੀਕ ਕੁਲਦੀਪ ਗੱਲ ਉਹਨੇ ਤਾਂ ਸੋਚਿਆ ਨਹੀਂ ਹੋਣਾ ਵੀ ਕੁਲਦੀਪ ਨਾ ਹੋ ਜੂ ਮੇਰਾ ਓਕੇ ਫਰੈਂਡਸ ਮਿਲਦੇ ਆਂ ਪਰ ਸੀ ਯੂ ਸੂਨ